ਪਾਣੀਆਂ ਦਾ ਮੁੱਦਾ ਐਸਵਾਈਐਲ ਦਾ ਸੌਂਗ ਡਿਲੀਟ ਕਰ ਦਿੱਤਾ ਗਿਆ YouTube ਤੋਂ ਕਿਉਂਕਿ ਕੇਂਦਰ ਸਰਕਾਰ ਨੇ ਸ਼ਿਕਾਇਤ ਕੀਤੀ ਅਤੇ YouTube ਤੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਟਵਿੱਟਰ ਅਕਾਊਂਟ ਉਹ ਬੰਦ ਕਰ ਦਿੱਤਾ ਗਿਆ ਜਦੋਂ ਟਵਿੱਟਰ ਅਕਾਊਂਟ ਬੰਦ ਕੀਤਾ ਤਾਂ ਕਿਸਾਨਾਂ 'ਚ ਰੋਸ ਪਾਇਆ ਗਿਆ ਭਾਰਤੀ ਕਿਸਾਨ ਜਥੇਬੰਦੀਆਂ 'ਚ ਰੋਸ ਪਾਇਆ ਗਿਆ ਕਿਹਾ ਗਿਆ ਕਿ ਕਿਉਂ ਕਿਉਂ ਬੋਲਤੀ ਬੰਦ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਟਵਿੱਟਰ ਅਕਾਊਂਟ ਲਗਾਤਾਰ ਬੰਦ ਹੋ ਰਹੇ ਨੇ ਸਿੱਧੂ ਮੂਸੇ ਵਾਲੇ ਦਾ ਗੀਤ ਬੰਦ ਹੋਇਆ ਜੀ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਵੀ ਕਿਤੇ ਨਾ ਕਿਤੇ ਬੰਦ ਕਰਤਾ ਕੀ ਲੱਗਦਾ ਕੀ ਨੀਤੀਆਂ ਨੇ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਨੀਤੀ ਦੇ ਵਿੱਚ ਉਹ ਕਹਿੰਦੇ ਦਾਲ ਚ ਕਾਲਾ ਕਾਲਾ ਉਹ ਸਾਰੀ ਦਾਲ ਹੀ ਕਾਲੀ ਆ ਉਹਨਾਂ ਦੀ ਰੀਤੀ ਨਹੀਂ ਸਾਫ਼ ਹੈਗੀ ਪਾਸ ਪਾਸ ਸਰਕਾਰ ਦੀ ਕੋਈ ਵੀ ਸਰਕਾਰ ਆ ਜੇ ਪਹਿਲਾਂ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਵੀ ਰਹੀ ਹੈ ਪਰ ਇਹ ਸਰਕਾਰ ਨੇ ਕਿਸਾਨਾਂ ਦਾ ਖੂਨ ਪਰ ਕੱਟ ਕੇ ਰੱਖ ਦਿੱਤਾ ਤੁਹਾਨੂੰ ਕੀ ਲੱਗਦਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਟਵਿੱਟਰ ਅਕਾਊਂਟ ਬੰਦ ਕੀਤਾ ਕੀ ਲੱਗਦੀ ਹੈ ਪਲਾਨ ਕੀ ਆ ਵੀ ਚੁੱਪਚਾਪ ਰੱਖੀ ਸ਼ਾਂਤ ਰੱਖੀ ਕਿਤੇ ਅੰਦੋਲਨ ਦੁਬਾਰਾ ਫਿਰ ਉਵੇਂ ਦੇ ਅੰਦੋਲਨ ਹੋਰ ਨਾ ਸ਼ੁਰੂ ਹੋ ਜਾਣ ਪਰ ਇਹੀ ਕਾਰਨ ਹੈ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਅਮਨਦੀਪ ਸਿੰਘ ਮਾਝਾ ਲਗਾਤਾਰ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਉਹ ਡਿਲੀਟ ਕੀਤੇ ਜਾ ਰਹੇ ਨੇ ਬੰਦ ਕੀਤੇ ਜਾ ਰਹੇ ਨੇ ਪਿਛਲੇ ਦਿਨਾਂ ਦੀ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਜਿਸ ਦਿਨ ਸੰਗਰੂਰ ਤੋਂ एमपी ਜਨਨੇ ਕੇ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਜਿੱਤੇ ਨੇ ਬਣੇ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਉਸ ਦਿਨ ਐਸਵਾਈਐਲ ਸਿੱਧੂ ਮੂਸੇਵਾਲੇ ਦਾ ਸੌਂਗ ਜੋ 2 ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਅਤੇ ਲਗਾਤਾਰ 2 ਦਿਨਾਂ ਚ 27 ਮਿਲੀਅਨ ਸੌਂਗ ਦੇਖਿਆ ਗੀਤ ਦੇਖਿਆ ਕਿਉਂਕਿ ਪਾਣੀਆਂ ਦਾ ਮੁੱਦਾ ਐਸਵਾਈਐਲ ਦਾ ਸੌਂਗ ਡਿਲੀਟ ਕਰ ਦਿੱਤਾ ਗਿਆ YouTube ਤੋਂ ਕਿਉਂਕਿ ਕੇਂਦਰ ਸਰਕਾਰ ਨੇ ਸ਼ਿਕਾਇਤ ਕੀਤੀ ਅਤੇ YouTube ਤੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਟਵਿੱਟਰ ਅਕਾਊਂਟ ਉਹ ਬੰਦ ਕਰ ਦਿੱਤਾ ਗਿਆ ਜਦੋਂ ਟਵਿੱਟਰ ਅਕਾਊਂਟ ਬੰਦ ਕੀਤਾ ਤਾਂ ਕਿਸਾਨਾਂ 'ਚ ਰੋਸ ਪਾਇਆ ਗਿਆ ਭਾਰਤੀ ਕਿਸਾਨ ਜਥੇਬੰਦੀਆਂ 'ਚ ਰੋਸ ਪਾਇਆ ਗਿਆ ਕਿਹਾ ਗਿਆ ਕਿ ਕਿਉਂ ਕਿਉਂ ਬੋਲਤੀ ਬੰਦ ਕੀਤੀ ਜਾ ਰਹੀ ਆ ਕਿਉਂ ਆਵਾਜ਼ ਦੱਬੀ ਜਾ ਰਹੀ ਆ ਕਾਰਨ ਕੀ ਨੇ ਅਤੇ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਅਕਾਊਂਟ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਜਦੋਂ ਦੇਖਦਿਆਂ ਲੀਡਰਾਂ ਵੱਲੋਂ ਵਿਧਾਇਕਾਂ ਵੱਲੋਂ ਨਖੇਦੀ ਕੀਤੀ ਜਾ ਰਹੀ ਹੈ ਕਿ ਕਿਉਂ ਜੇ ਇੱਕ ਕੋਈ ਗੱਲ ਆਪਣੀ ਕਹਿਣਾ ਚਾਹੁੰਦਾ ਉਹਦੀ ਬੋਲਤੀ ਜਾਂ ਉਹਦੀ ਆਵਾਜ਼ ਕਿਉਂ ਬੰਦ ਕੀਤੀ ਜਾ ਰਹੀ ਆ ਸਾਡੇ ਨਾਲ ਸੀਨੀਅਰ ਆਗੂ ਤੇ ਕਿਸਾਨ ਆਗੂ ਬਲਵਿੰਦਰ ਸਿੰਘ ਸੰਗਰੇੜੀ ਮੌਜੂਦ ਨੇ ਸੰਗਰੇੜੀ ਸਾਹਿਬ ਕਿਵੇਂ ਦੇਖਦੇ ਹੋ ਟਵਿੱਟਰ ਅਕਾਊਂਟ ਲਗਾਤਾਰ ਬੰਦ ਹੋ ਰਹੇ ਨੇ ਸਿੱਧੂ ਮੂਸੇਵਾਲੇ ਦਾ ਗੀਤ ਬੰਦ ਹੋਇਆ ਜੀ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਵੀ ਕਿਤੇ ਨਾ ਕਿਤੇ ਬੰਦ ਕਰਤਾ ਕੀ ਲੱਗਦਾ ਕੀ ਨੀਤੀਆਂ ਨੇ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਆ ਇਹ ਸਰਕਾਰਾਂ ਨੇ ਜਿਹੜੀ ਸੈਂਟਰਲ ਸਰਕਾਰ ਹੈ ਜਿਹੜੀ ਇਹ ਬਖਲਾਵੜ ਦੇ ਵਿੱਚ ਆਈ ਪਈ ਹੈ ਜਿਹੜਾ ਕਿਸਾਨ ਅੰਦੋਲਨ ਸੀ ਉਹਨੂੰ ਦੇਖ ਕੇ ਸਰਕਾਰ ਦੇ ਪੈਰਾਂ ਥੋਂ ਮਿੱਟੀ ਨਿਕਲ ਰਹੀ ਆ ਜਿਸ ਦੇ ਕਾਰਨ ਪਹਿਲਾਂ ਇਹਨਾਂ ਨੇ ਕਿਸਾਨ ਜਥੇਬੰਦੀ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਪਾਣੀਆਂ ਦੇ ਮੁੱਦੇ ਤੇ ਐਸਵਾਈਐਲ ਦਾ ਗੀਤ ਕੱਢਿਆ ਰੋ ਉਹ ਵੀ ਇਹਨਾਂ ਨੇ ਬੰਦ ਕਰ ਦਿੱਤਾ ਬੈਨ ਕਰ ਦਿੱਤਾ YouTube ਦੇ ਉੱਤੇ ਉਸ ਦਿਵਾਰ ਰਵੀ ਸਿੰਘ ਜੀ ਨੇ ਆਪਣੇ ਅੰਦੋਲਨ ਦੇ ਵਿੱਚ ਦਿੱਲੀ ਬਹੁਤ ਵੱਡੀ ਸੇਵਾ ਕੀਤੀ ਉਹਨਾਂ ਨੇ ਆਪਣੇ ਉਸ ਢੰਗ ਦੇ ਨਾਲ ਅੱਜ ਵੀ ਉਹ ਜਿੱਥੇ ਕਿਤੇ ਪਰਿਵਾਰ ਉੱਤੇ ਹੜਾਂ ਦੇ ਕਾਰਨ ਕਿਸਾਨਾਂ ਦੇ ਕਿਸੇ ਵੀ ਪਰਿਵਾਰ ਦੇ ਉੱਤੇ ਵਿਵਤਾ ਪੈਂਦੀ ਹੈ ਤਾਂ ਉੱਥੇ ਵੀ ਜੋ ਲੰਗਰ ਪਚਾ ਰਹੇ ਨੇ ਸਰਕਾਰ ਜਿੰਨਾ ਮਰਜੀ ਜ਼ੋਰ ਲਾ ਲਵੇ ਟਵਿੱਟਰ account ਬੰਦ ਕਰਨ ਨੂੰ ਤਿੰਨਾਂ ਦੇ ਵੀ ਪਰ ਇਹ ਗੁਰੂ ਸਾਹਿਬ ਦਾ ਲੰਗਰ ਹੈ ਜਿਹੜਾ 20 ਰੁਪਿਆ ਤੋਂ ਚੱਲਿਆ ਹੋਏ ਚੱਲਦਾ ਰਹੇਗਾ ਜਾਰੀ ਰਹੇਗਾ ਇਹਨੂੰ ਕੋਈ ਬੰਦ ਨਹੀਂ ਕਰ ਸਕਦਾ ਪ੍ਰਧਾਨ ਜੀ ਖਾਲਸਾ ਏਡ ਦੀ ਦੇਖਦੇ ਵੱਡੀਆਂ ਸੇਵਾ ਕਰਦੀ ਹੈ ਜੀ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਚ ਹਰ ਚੀਜ਼ ਇੱਕ ਕਰਿਆਨਾ ਸਟੋਰ ਬਣਾਇਆ ਹੋਇਆ ਸੀ ਕਰਿਆਨਾ ਕੀ ਉੱਥੇ ਕੱਪੜੇ ਮਿਲਦੇ ਸੀ ਉੱਥੇ ਮਸ਼ੀਨਾਂ ਕੱਪੜੇ ਧੋਤੇ ਜਾਂਦੇ ਸੀ ਬਹੁਤ ਵੱਡੀ ਸੇਵਾ ਸੀ ਅਤੇ ਜਦੋਂ ਕਿਤੇ ਨਾ ਕਿਤੇ ਆਫ਼ਤ ਪਈ ਕਿਸਾਨਾਂ ਤੇ ਜਿੱਧਰ ਹੜ ਹੁੰਦੇ ਨੇ ਉੱਥੇ ਉਹਨਾਂ ਨੇ ਮੱਝਾਂ ਵੀ ਦਾਨ ਕਰੀਆਂ ਜਿਹੜੀ ਇੱਕ ਮੱਝ 70 80 ਹਜ਼ਾਰ ਦੀ ਜਿਹੜੇ ਕਿਸਾਨਾਂ ਦੀਆਂ ਮੱਝਾਂ ਰੁੜ ਗਈਆਂ ਸਰ ਵੀ ਇੰਨੀ ਸੇਵਾ ਕਿਤੇ ਨਾ ਕਿਤੇ ਉੱਤੇ ਫਿਰ ਨਿਸ਼ਾਨੇ ਕਿਉਂ ਲੱਗ ਰਹੇ ਨੇ ਐਵੇਂ ਦੇ ਇਸ ਤੋਂ ਉਹੀ ਗੱਲ ਮੈਂ ਪਹਿਲਾਂ ਵੀ ਕਹਿ ਕੇ ਜਿਹੜੇ ਐਵੇਂ ਸਕਰ ਰਈਏ ਜਿਹੜਾ ਦਿੱਤੀਆਂ ਨੇ ਕਿ ਲੰਗਰ ਦੀ ਵਿਵਸਥਾ ਵੀ ਜਿਹੜੇ ਜਿਹੜੇ ਪਾਣੀ ਦੇ ਵਿੱਚ ਬਾਈ ਮੰਗੂ ਮੇਰੇ ਜਿਹੜੇ ਸਿਰਸਿਰ ਜਿਹੜੇ ਜਿਹੜੇ ਪਾਣੀ ਦੇ ਵਿੱਚ ਵੀ ਉਹਨਾਂ ਦੇ ਵਰਕਰ ਖਾਣਾ ਕੋਠਿਆਂ ਦੇ ਪਚਾ ਰਹੇ ਨੇ ਵੀ ਇਸ ਕਾਰਨ ਕਰਕੇ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਅਈਆਂ ਅਈਆਂ ਜਿਹੀਆਂ ਚੀਜ਼ਾਂ ਦਾ ਸਮਾਗ ਅੱਗੇ ਲੈ ਕੇ ਆਉਣਾ ਚਾਹੀਦੇ ਇਹਨਾਂ ਨੂੰ ਠੀਕ ਹੈ ਤੁਹਾਨੂੰ ਕੀ ਲੱਗਦਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਟਵਿੱਟਰ ਅਕਾਊਂਟ ਬੰਦ ਕੀਤਾ ਕੀ ਲੱਗਦੀ ਹੈ ਪਲਾਨ ਕੀ ਆ ਵੀ ਚੁੱਪਚਾਪ ਰੱਖੀ ਸ਼ਾਂਤ ਰੱਖੀ ਕਿਤੇ ਅੰਦੋਲਨ ਦੁਆਰਾ ਫਿਰ ਉਵੇਂ ਦੇ ਅੰਦੋਲਨ ਹੋਰ ਨਾ ਸ਼ੁਰੂ ਹੋ ਜਾਣ ਇਹ ਹੀ ਕਾਰਨ ਹੈ ਜੀ ਜਿਹਦੇ ਕਾਰਨ ਟਵਿੱਟਰ ਅਕਾਊਂਟ ਬੰਦ ਕੀਤਾ ਵੀ ਇਹਦੇ ਕਾਰਨ ਬਾਹਰਲੀਆਂ ਸਟੇਟਾਂ ਦੇ ਵਿੱਚ ਇਹ ਆਵਾਜ਼ ਨਾ ਜਾਵੇ ਕਿ ਸਾ ਕਿਸਾਨ ਦੀ ਆਵਾਜ਼ ਨੂੰ ਦੱਬਣਾ ਚਾਹੁੰਦੀ ਆ ਪਰ ਗੁਰੂ ਮਹਾਰਾਜ ਉਹ ਦੱਬਣ ਨਹੀਂ ਦਿੰਦਾ ਨਾ ਦਵੇ ਜਥੇਬੰਦੀਆਂ ਦੱਬਣ ਨਹੀਂ ਦਿੰਦੀਆਂ ਸਾਡੇ ਰਾਜੇਵਾਲ ਬਲਬੀਰ ਸਿੰਘ ਜੀ ਰਾਜੇਵਾਲ ਸੂਬਾ ਪ੍ਰਧਾਨ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਇਸ ਅੰਦੋਲਨ ਦੇ ਵਿੱਚ ਉਹਨਾਂ ਦੀ ਵਜ੍ਹਾ ਦੇ ਕਾਰਨ ਅਸੀਂ ਇਹ ਆਪਣਾ ਅੰਦੋਲਨ ਜਿੱਤਿਆ ਹੈ ਉਹਨਾਂ ਦੀ ਵਜ੍ਹਾ ਦੇ ਕਾਰਨ ਉਹਨਾਂ ਨੇ 16 ਤਰੀਕ ਨੂੰ ਕਾਨਫਰੰਸ ਕੀਤੀ ਸੰਗਰੂਰ ਆਪਣੀ ਆਪਣੇ ਨਾਨਕੀਆਣਾ ਸਾਹਿਬ ਗੁਰਦੁਆਰਾ ਸਾਹਿਬੇ ਕਿ ਉੱਥੇ ਜਿਹੜੀ ਮਹਿਮਾ ਚਲਾਈ ਹੈ ਦਰਖਤ ਲਾਉਣ ਦੀ ਉਹ ਵੀਰ ਨੇ ਦੱਸਿਆ ਕੁਲਵਿੰਦਰ ਸਿੰਘ ਮਾਝਾ ਨੇ ਵੀਰ ਸੁਰਦਾਸ 10 ਤਰੀਕ ਤੋਂ 31 ਮਈ ਜੁਲਾਈ ਤੱਕ ਆਪਾਂ ਨੇ ਉਹ ਦਰਖਤ ਲਾਉਣੇ ਸ਼ੁਰੂ ਪਿੰਡ-ਪਿੰਡ ਜਾਰੀ ਕਰਨੇ ਨੇ ਬਿਲਕੁਲ ਵੈਸੇ ਨੀਤੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਖੇਤੀ ਕਾਨੂੰਨ ਵਾਪਸ ਲੈ ਉਸ ਤੋਂ ਬਾਅਦ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਖੇਤੀ ਕਾਨੂੰਨ ਵਧੀਆ ਸਨ ਕਿ ਕਿਸਾਨਾਂ ਨੂੰ ਕਿਤੇ ਨਾ ਕਿਤੇ ਸਮਝ ਨਹੀਂ ਸੀ ਵੀ ਪਰ ਚਲੋ ਜੇ ਕਿਸਾਨਾਂ ਨੇ ਕਿਹਾ ਸੀ ਵਾਪਸ ਲੈ ਲੈ ਜੀ ਕੋਈ ਦਿੱਕਤ ਨਹੀਂ ਹੁਣ ਕੇਂਦਰ ਸਰਕਾਰ ਦੀ ਨੀਅਤ ਕਿਵੇਂ ਲੱਗਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀ ਉਹਨਾਂ ਦਾ ਇੱਕ ਸੋਸ਼ਲ ਮੀਡੀਆ ਤੇ ਇੱਕ ਬਿਆਨ ਵੀ ਆਇਆ ਉਹਨਾਂ ਨੇ ਇਹ ਕਿਹਾ ਵੀ ਸਰਦਾਰਾਂ ਤੇ ਮੈਨੂੰ ਮਾ ਸਾਨੂੰ ਮਾਣ ਆ ਪੰਜਾਬ ਦੇ ਕਿਸਾਨਾਂ ਤੇ ਸਾਨੂੰ ਮਾਣ ਸਰਦਾਰਾਂ ਤੇ ਤਾਂ ਉਹ ਮਾਣ ਆ ਜਿਹੜੀ ਉਹ ਸਾਨੂੰ ਆਪਾਂ ਨੂੰ ਜਿਵੇਂ ਆਪਾਂ ਬੱਚੇ ਨੂੰ ਕਹਿ ਦਿੰਦੇ ਆ ਲਾੜ ਲੜਾ ਲੈਣੇ ਆ ਬੱਚਾ ਇੱਕ ਜਿੱਦ ਪਾਏ ਜਾਂਦਾ ਮੈਂ ਤਾਂ ਉਹ ਚੀਜ਼ ਲੈਣੀ ਆ ਡੈਡੀ ਮੇਲੇ ਚ ਜਾ ਕੇ ਉਹਦੇ ਕਾਰਨ ਵਾਂ ਕੁ ਸਾਨੂੰ ਸਰਦਾਰਾਂ ਨੂੰ ਕਿਸਾਨਾਂ ਨੂੰ ਵੜਿਆਉਣਾ ਚਾਹੁੰਦਾ ਵੀ ਪਰ ਨੀਤੀ ਉਹੀ ਅੰਦਰੋਂ ਨੀਤੀ ਦੇ ਵਿੱਚ ਉਹ ਕਹਿੰਦੇ ਦਾਲ ਚ ਕਾਲਾ ਕਾਲਾ ਉਹ ਸਾਰੀ ਦਾਲ ਹੀ ਕਾਲੀ ਆ ਵੀ ਉਹਨਾਂ ਦੀ ਰੀਤੀ ਨਹੀਂ ਸਾਫ਼ ਹੈਗੀ ਪਾਸ ਪਾਸ ਸਰਕਾਰ ਦੀ ਕੋਈ ਵੀ ਸਰਕਾਰ ਆ ਜੇ ਪਹਿਲਾਂ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਵੀ ਰਹੀ ਐ ਪਰ ਇਹ ਸਰਕਾਰ ਨੇ ਕਿਸਾਨਾਂ ਦਾ ਖਸੂਮ ਪਰ ਕੱਟ ਕੇ ਰੱਖ ਦਿੱਤਾ ਮੰਗਾਈ ਐ ਇੰਨੀ ਵੱਧ ਚੁੱਕੀ ਐ ਵੀ ਕਿਸੇ ਦੇ ਕੋਈ ਚੀਜ਼ ਖਰੀਦਣ ਦੀ ਬਸ ਦੀ ਗੱਲੇ ਨਹੀਂ ਹੈਗੀ ਮੈਂ ਦੇਖੋ ਡੀਜ਼ਲ ਕਿੱਥੇ ਵਗ ਗਿਆ ਪੈਟਰੋਲ ਕਿੱਥੇ ਵਗ ਗਿਆ ਆ ਦਵਾਈਆਂ ਨੇ ਦਵਾਈਆਂ ਆਪਾਂ ਕੀੜੇ ਨਸਕ ਦਵਾਈਆਂ ਨੇ ਇਹ ਚਾਰ ਗੁਣਾ ਵੱਧ ਚੁੱਕੀਆਂ ਜਿਹੜੀਆਂ ਹਰ ਇੱਕ ਕਿਸਾਨ ਦੇ ਬਸ ਤੋਂ ਬਾਹਰ ਹੋ ਚੁੱਕਿਆ ਵੀਰ ਜੀ ਇਹ ਖਰੀਦੇ ਨਹੀਂ ਸਕਦਾ ਹੈਗਾ ਇੰਨਾ ਉਨੀ ਆਮਦਨ ਨਹੀਂ ਹੈਗੀ ਜਿੰਨਾ ਖਰਚਾ ਵੱਧ ਚੁੱਕਿਆ ਹੈ ਚਾਰ ਗੁਣੇ ਖਰਚਾ ਵੱਧ ਚੁੱਕਿਆ ਉਹਦੇ ਵਿੱਚ 1% ਆਮਦਨ ਰਹੇਗੀ ਸਿਰਫ ਕਿਸਾਨ ਕੋਲੇ ਹੋਰ ਕੁਝ ਨਹੀਂ ਹੈਗਾ ਠੀਕ ਹੈ ਕਿਵੇਂ ਲੱਗਦਾ ਜਿਵੇਂ ਟਵਿੱਟਰ ਅਕਾਊਂਟ ਬੰਦ ਕੀਤੇ ਜਾਂਦੇ ਨੇ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਤੇ ਨਿਸ਼ਾਨਾ ਵੀ ਆਊਗਾ ਜ਼ਿੰਮੇਵਾਰ ਬੀਜੇਪੀ ਸਰਕਾਰ ਹੀ ਆ ਕਿਉਂਕਿ ਕੇਂਦਰ ਸਰਕਾਰ ਆ ਕੀ ਲੱਗਦਾ ਤੁਹਾਨੂੰ ਉਹਦੇ ਨਾਲ ਕਿਰਕਰੀ ਸਰਕਾਰ ਦੀ ਜ਼ਿਆਦਾ ਹੋ ਰਹੀ ਹੈ ਕਿਉਂਕਿ ਜਿਹੜੇ ਲੋਕਾਂ ਨੂੰ ਪਤਾ ਲੱਗਦਾ ਵੀ ਜੀ ਉਹ ਅਕਾਊਂਟ ਬੰਦ ਕਰਤਾ ਵੀ ਕਿਉਂ ਕਰਤਾ ਇਹਦਾ ਮਤਲਬ ਕੋਈ ਡਰਾ ਕੋਈ ਭਇਆ ਤਾਂ ਬੰਦ ਕੀਤਾ ਉਹ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਇਹਨਾਂ ਨੂੰ ਕਿਸਾਨ ਤੰਦਰਾਰ ਹੈ ਵੀ ਦੁਬਾਰੇ ਕਿਸਾਨ ਫੇਰ ਦਿੱਲੀ ਨੂੰ ਕੁਝ ਕਰਨਗੇ ਇਸ ਕਰਕੇ ਤਾਂ ਬੰਦ ਕੀਤਾਗਾ ਹਾਂਜੀ ਬਸ ਨੀ ਕਿ ਤੁਸੀਂ ਨਿਖੇਧੀ ਕਰਦੇ ਹੋ ਇਹ ਗੱਲ ਦੀ ਕਿਉਂਕਿ ਗੱਲ ਇੱਕੋ ਹੁੰਦੀ ਆ ਜੇ ਕੋਈ ਅਕਾਊਂਟ ਨਾ ਬੰਦ ਕਰੇ ਕਿਤੇ ਨਾ ਕਿਤੇ ਗੱਲਾਂ ਉਹਤੇ ਆਉਂਦੀਆਂ ਨੇ ਸੁਣੇ ਜੇ ਇੱਕ ਬੰਦ ਕਰਦੀਏ ਇਹਦਾ ਮਤਲਬ ਗੱਲ ਤਾਂ ਉਹੀ ਹੁੰਦੀ ਆ ਵੀ ਕਿਤੇ ਨਾ ਕਿਤੇ ਰਵੀ ਸਿੰਘ ਖਾਲਸਾ ਏਡ ਜਾਂ ਸਿੱਧੂ ਮੂਸੇ ਵਾਲੇ ਦੇ ਸੌਂਗ ਦੀ ਵੀ ਇਹ ਗੱਲ ਆਪਾਂ ਕਰਾਂਗੇ ਕਿ ਉਹਨੂੰ ਵੀ ਅਚਾਨਕੇ ਬੰਦ ਕਰਤਾ ਇੱਕੋ ਲਖਤ ਬੰਦ ਕਰਤਾ ਐਸਵੀਐਲ ਗੀਤ ਨੂੰ ਕਿਵੇਂ ਦੇਖਦੇ ਹੋ ਬੈਸ ਤੁਸੀਂ ਪੂਰਾ ਪੜਚੋਲ ਐਸਵੀਐਲ ਗੀਤ ਮੈਂ ਸੁਣਿਆ ਵੀ ਐ ਬਹੁਤ ਵਧੀਆ ਉਹਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਸਿੱਧੂ ਸਾਹਿਬ ਨੇ ਵੀ ਮੈਂ ਕਹਿੰਦਾ ਵੀ ਉਹ ਹਜੇ ਕਿਸੇ ਅੱਜ ਤੱਕ ਕੈਰੇਕਟਰ ਤੋਂ ਲਿਖਿਆ ਨਹੀਂ ਗਿਆ ਜੋ ਉਸ ਕੰਗ ਮੁੰਡੇ ਨੇ ਲਿਖਿਆ ਕਿਉਂ ਇੰਨਾ ਦੁਨੀਆ ਦੇ ਵਿੱਚ ਪਿਆਰ ਵੰ ਨਾ ਕਿਸੇ ਲੀਡਰ ਨੇ ਨਾ ਕਿਸੇ ਬਾਬੇ ਨੇ ਇੰਨਾ ਪਿਆਰ ਕਿਸ ਤੋਂ ਬੰਡਿਆ ਨਹੀਂ ਗਿਆ ਹੈਗਾ ਜਿੰਨਾ ਸਿੱਧੂ ਮੂਸੇਵਾਲ ਨੇ ਬੱਚਿਆਂ ਦੇ ਦਿਲਾਂ ਦੇ ਵਿੱਚ ਵਸ ਗਿਆ ਅੱਜ ਵੀ ਉਹਦੇ ਪਿੰਡ ਵਿੱਚ ਜਾ ਕੇ ਦੇਖ ਲਓ ਮੇਲਾ ਲੱਗਿਆ ਰਹਿੰਦਾ ਛੋਟੇ ਛੋਟੇ ਬੱਚਿਆਂ ਨਾਲ ਵੀ ਪਿਆਰ ਹੈਗਾ ਆਪਣੇ ਮਾਪੇ ਨੂੰ ਲੈ ਕੇ ਉਹਦਾਂ ਦੇ ਮਾਪੇ ਨੂੰ ਮਿਲਣ ਜਾਂਦੇ ਨੇ ਠੀਕ ਹੈ ਜਾਨੀ ਕਿ ਹੁਣ ਮਹਿਸੂਸ ਹੋ ਰਿਹਾ ਕਿ ਸਿੱਧੂ ਮੂਸੇਵਾਲਾ ਕਿੰਨਾ ਵਧੀਆ ਤੇ ਕਿੰਨਾ ਡੂੰਗਾ ਰਾਈਟਰ ਸੀ ਕਿਉਂਕਿ ਐਸਵਾਈਐਲ ਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਕਿਵੇਂ ਦੇਖਦੇ ਹੋ ਕਿੰਨੀ ਡੂੰਘਾਈ ਦੀਆਂ ਗੱਲਾਂ ਨੇ ਉਹ ਜੀ ਮੈਂ ਉਹੀ ਗੱਲ ਪਹਿਲਾਂ ਵੀ ਕਹੇ ਕਿਹਾ ਹੈ ਤਾਂ ਵੀ ਬਹੁਤ ਹੀ ਵਧੀਆ ਡੂੰਘੀਆਂ ਗੱਲਾਂ ਲਿਖੀਆਂ ਉਹਨਾਂ ਨੇ ਹਰ ਇੱਕ ਮੁੱਦੇ ਦੇ ਉੱਤੇ ਇਹਨੇ ਗੱਲ ਲਿਖੀ ਉਹਦੇ ਵਿੱਚ ਹਰ ਇੱਕ ਕਾਨੂੰਨ ਲਿਆ ਕੇ ਘੇਰ ਕੇ ਲਿਆ ਕੇ ਵਿੱਚ ਉਹਨਾਂ ਨੇ ਐਡ ਕੀਤਾ ਵੀ ਮੈਂ ਉਸੇ ਕਰਕੇ ਵੀ ਇਹ ਸਰਕਾਰ ਦੀ ਅਨਖੇਦੀ ਕਰਦੇ ਆਂ ਵੀ ਇਹ ਐਸਵਾਈਐਲ ਵਾਲਾ ਜਿਹੜਾ ਗਾਣਾ ਇਹਨੂੰ ਚਾਲੂ ਕਰਨਾ ਚਾਹੀਦਾ ਸਰਕਾਰ ਨੂੰ ਜਿਹੜੇ ਟਵਿੱਟਰ ਅਕਾਊਂਟ ਬੰਦ ਕੀਤੇ ਨੇ ਕਿਸਾਨ ਜਥੇਬੰਦੀ ਦਾ ਭਾਈ ਰਵੀ ਸਿੰਘ ਦਾ ਉਹਨਾਂ ਨੂੰ ਚਾਲੂ ਕਰਨਾ ਚਾਹੀਦਾ ਉਹਦੇ ਕਾਰ ਬਿਲਕੁਲ ਜੀ ਸੋ ਜਥੇਬੰਦੀਆਂ ਦੇ ਆਗੂਆਂ ਦਾ ਵੀ ਇਹੀ ਕਹਿਣਾ ਕਿ ਕਿਉਂ ਟਵਿੱਟਰ ਅਕਾਊਂਟ ਬੰਦ ਕੀਤੇ ਜਾ ਰਹੇ ਨੇ ਕਿਉਂ ਐਸਵਾਈਐਲ Song ਨੂੰ ਬੰਦ ਕੀਤਾ ਗਿਆ YouTube ਤੋਂ ਹਟਾਇਆ ਗਿਆ ਕਿ ਇਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਬੁਖਲਾਹਟ ਚ ਐਵੇਂ ਦੀਆਂ ਗੱਲਾਂ ਕਰ ਰਹੀ ਆ ਕੇਂਦਰ ਸਰਕਾਰ ਤਾਂ ਉਹਨਾਂ ਦੀ ਕਿਰਕਰੀ ਹੋ ਰਹੀ ਆ ਇਸ 'ਚ ਲੋਕਾਂ 'ਚ ਪ੍ਰਭਾਵ ਵੀ ਕਿਤੇ ਨਾ ਕਿਤੇ ਗਲਤ ਜਾ ਰਿਹਾ ਆਗੂਆਂ ਦਾ ਇਹ ਵੀ ਕਹਿਣਾ ਕਿ ਜੇ ਐਵੇਂ ਦੇ ਕਦਮ ਚੱਕੇ ਜਾਣਗੇ ਤਾਂ ਬੀਜੇਪੀ ਸਰਕਾਰ ਦੀ ਲਗਾਤਾਰ ਵਿਰੋਧ ਆਊ ਅਤੇ ਜੋ ਆਉਣ ਵਾਲੇ ਸਮੇਂ 'ਚ ਇਸ ਦਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਆਗੂਆਂ ਦਾ ਕਹਿਣਾ ਕਿ ਦਾ ਜਵਾਬ ਵੀ ਦਿੱਤਾ ਜਾਊਗਾ ਸੋ ਲਗਾਤਾਰ ਗੱਲ ਇਹ ਹੀ ਆ ਰਹੀ ਆ ਕਿ ਟਵਿੱਟਰ ਅਕਾਊਂਟ ਕਿਉਂ ਬੰਦ ਕੀਤੇ ਜਾ ਰਹੇ ਨੇ ਕਿਉਂ ਕਿਸੇ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੈਮਰਾਮੈਨ ਗੁਰਵਿੰਦਰ ਰੋਮੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ